होशियारपुर फगवाड़ा मार्ग से स्थित ब्रदर्स इलेक्ट्रॉनिक की दुकान में बीती रात चोरों वालों निशाना बनाया गया, जिस कारण दुकान मालिक का करीब 1,00,000 रुपए का नुकसान होया है। जानकारी देंदे हां दुकान मालिक रणजीत सिंह ने दसिया कि हर रोज़ की तरह बीती रात भी वो दुकान बंद करके घर चला गया सी। अज जदों सवेरे दुकान खोली तो दुकान की साइड वाली दीवार टुटी हुई सी, जिस राही चोर वालों दुकान से लगा मजबूत शीशे का दरवाजा खोलिया, अंदर दाखिल होकर घटना को अंजाम दिता है। उसने दसिया कि चोर दुकान चो 60,000 के करीब का समान लै गए, तो गले च पई 10,000 रुपए की नकद भी लै गए, तो इस तो इलावा शीशे का भी काफ़ी ज़्यादा नुकसान होया है। दुकान मालिक का कहना है कि पुरहिरा पुलिस चौकी में सूचना देने के बावजूद भी मौका देखने लिए कोई भी अधिकारी नहीं पहुंची है। होशियारपुर न्यूज़ के नाल चेतन कश्यप की रिपोर्ट। ਅਜੀ ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਜੀ। ਇਹ ਕਿਸ ਚੀਜ਼ ਦੀ ਦੁਕਾਨ ਹੈ? ਇਲੈਕਟ੍ਰੀਕਲ ਦੀ ਭਾਅ ਜੀ। ਕਿਹੜੀ ਜਗ੍ਹਾ 'ਤੇ ਦੁਕਾਨ ਹੈ? ਫੁਗਾੜਾ ਰੋਡ 'ਤੇ ਭਾਅ ਜੀ। ਠੀਕ ਹੈ ਜੀ, ਕੀ ਵਾਰਦਾਤ ਹੋਈ ਇੱਥੇ? ਭਾਅ ਜੀ ਉੱਤੇ ਰਾਤ ਵਿੱਚ ਚੋਰੀ ਹੋ ਗਈ ਹੈ, ਅਤੇ ਸਵੇਰੇ ਪਤਾ ਲੱਗਿਆ ਸਾਨੂੰ, ਜਦੋਂ ਆਪਾਂ ਸਵੇਰੇ ਆਏ ਨਾ ਅਤੇ ਆਪਾਂ ਆ ਕੇ ਦੇਖਿਆ, ਫਿਰ ਦੇਖਿਆ ਵੀ ਸਾਈਡ ਤੋਂ ਸ਼ੀਸ਼ਾ ਭੰਨਿਆ ਹੋਇਆ ਸੀਗਾ, ਅਤੇ ਅਸੀਂ ਪਹਿਲਾਂ ਸੋਚਿਆ ਕਿ ਬਾਹਰ ਹੀ ਕੀਤਾ ਹੋਊਗਾ ਨੁਕਸਾਨ, ਪਰ ਬਾਅਦ ਵਿੱਚ ਜਦੋਂ ਆਪਾਂ ਅੰਦਰ ਸ਼ਟਰ ਚੈੱਕ ਹੁੰਦੇ ਹਾਂ ਦੇਖਿਆ ਤਾਂ ਅੰਦਰ ਵੀ ਸਾਰਾ ਨੁਕਸਾਨ, ਗੱਲਾਂ ਵਗੈਰਾ ਪੱਟਿਆ ਹੋਇਆ ਸੀ, ਉੱਪਰੋਂ ਸ਼ੀਸ਼ਾ ਤੋੜਿਆ ਹੋਇਆ ਸੀ, ਡੀ ਵੀ ਆਰ ਵੀ ਨਾਲ ਹੀ ਕੀਤਾ ਉਹਨਾਂ ਨੇ, ਸਾਰਾ ਕੁਛ ਤੋੜ ਗਏ, ਅਤੇ ਸਮਾਨ ਵੀ ਕਾਫੀ ਲੱਗਾ ਸ਼ੋਪ ਤੋਂ। ਕਿੰਨਾ ਕੁ ਨੁਕਸਾਨ ਹੋਇਆ ਕੋਲ? ਭਾਅ ਜੀ ਸਮਾਨ ਲੈ ਕੇ ਕੋਈ 50-60 ਹਜ਼ਾਰ ਦਾ, ਬਾਕੀ ਕੈਸ਼ ਪਿਆ ਸੀ। ਕੈਸ਼ ਕਿੰਨਾ? 8-10 ਹਜ਼ਾਰ ਦੇ ਗੱਲੇ ਵਿੱਚ ਉਹ ਚਲ ਗਿਆ, ਅਤੇ ਬਾਕੀ ਡੀ ਵੀ ਆਰ ਤੋੜ ਤਾ, ਪੂਰਾ ਟਫਨ ਵੀ ਸਾਰਾ ਤੋੜ ਦਿੱਤਾ ਭਾਅ ਜੀ। ਉਹ ਵਕਤ ਤੋਂ ਨੁਕਸਾਨ? ਉਹ ਵਕਤ ਤੋਂ ਨੁਕਸਾਨ ਹੋ ਗਿਆ। ਅਤੇ ਚੌਂਕੀ ਇੱਥੋਂ ਕੋਈ ਦੂਰੀ 'ਤੇ ਮੌਜੂਦ ਆ, ਅਤੇ ਪੁਲਿਸ ਅਧਿਕਾਰੀ ਪਹੁੰਚੇ ਅਜੇ ਤੱਕ ਕਿ ਨਹੀਂ? ਭਾਅ ਜੀ ਅਜੇ ਤੱਕ ਨਹੀਂ ਭਾਅ ਜੀ। ਕਦੋਂ ਦੀ ਸੂਚਨਾ ਦਿੱਤੀ ਤੁਸੀਂ? ਉਹਨਾਂ ਨਾਲ ਗੱਲ ਹੋਈ ਸੀ ਭਾਅ ਜੀ ਥੋੜ੍ਹੀ ਦੇਰ ਪਹਿਲਾਂ, ਅਤੇ ਫਿਰ ਉਹਨਾਂ ਨੇ ਕਿਹਾ ਅਜੇ ਤੱਕ ਭੇਜਦੇ, ਪਰ ਅਜੇ ਤੱਕ ਨਹੀਂ ਕੋਈ ਆਇਆ। ਇੱਥੇ ਤੁਹਾਡੇ ਨਾਲ ਲੱਗਦੇ ਹੋਰ ਵੀ ਕਿੰਨੇ ਦੁਕਾਨਾਂ 'ਤੇ ਚੋਰੀ ਹੋਈ ਹੈ? ਭਾਅ ਜੀ ਇੱਥੇ ਨਾਲ ਹੋਈ ਭਾਅ ਜੀ, ਅੱਗੇ ਦੋ ਦੁਕਾਨਾਂ ਛੱਡ ਕੇ ਉਹਨਾਂ ਦੀ ਬੇਕਰੀ, ਉਹਨਾਂ ਦੇ ਵੀ ਚੋਰੀ ਹੋਈ, ਉਹਨਾਂ ਦੇ ਵੀ ਕਾਫੀ ਸਮਾਨ ਉਹਨੇ ਕੀਤਾ ਦੇ ਵਿੱਚ। ਕੀ ਕਹਿਣਾ ਚਾਹੁੰਦੇ ਹੋ? ਕੁਝ ਹੀ ਦੂਰੀ 'ਤੇ ਇੱਥੇ ਚੌਂਕੀ ਸਥਿਤ ਆ, ਪਰ ਬਾਵਜੂਦ ਇਸਦੇ ਇਸ ਤਰ੍ਹਾਂ ਦੇ ਹਾਲਾਤ ਆ। ਉਹ ਭਾਅ ਜੀ ਹੁਣ ਉਹਨਾਂ ਨੂੰ ਕਾਲ ਕੀਤੀ, ਹੁਣ ਨਹੀਂ ਆਇਆ ਤੁਹਾਨੂੰ? ਠੀਕ ਹੈ।